ਨਮਸਕਾਰ ਦੋਗਰਾ ਫੂਡਸ ਇਨ ਫਲੇਵਰਸ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਣ ਲੱਗੇ ਰਾਜਗੀਰਾ ਆٹے ਦੀਆਂ ਟਿੱਕੀਆਂ ਇਹਦੇ ਅਸਤੇ ਅਸੀਂ ਰਾਜਗੀਰਾ ਆਟਾ ਲੈ ਲਿਆ ਇਹ ਮਾਰਕੀਟ ਚ ਬਖਰੇ ਬਖਰੇ ਬ੍ਰਾਂਡ ਦਾ ਮਿਲ ਜਾਂਦਾ ਤੁਸੀਂ ਅਸੀਂ ਲੈ ਆਓ ਔਰ ਇਹਦੀਆਂ ਟਿੱਕੀਆਂ ਬਣਾਇਆ ਦੇਖਿਓ ਇਹਦੀਆਂ ਚਿੱਲੇ ਟਿੱਕੀਆਂ ਕੁਛ ਵੀ ਉਸ ਬਣਾਇ ਸਕੇ ਸਾਰੇ ਗੇ ਬੜੇ ਸਵਾਦ ਬੰਦੇ ਨੇ ਇਹ ਮੈਂ ਇੱਕ ਕਟੋਰੀ ਇਹ ਰਾਜਗੀਰਾ ਦਾ ਆਟਾ ਲੇ ਲਿਆ ਤੇ ਇਹਦੇ ਚ ਉਸ ਪਨੀਰ ਪਾਈ ਹੋਏ ਬਣਾਈ ਸਕਦੇ ਹੋ ਪਰ ਮੈਂ ਤੇ ਸਿਰ ਵੀ ਦੇ ਆਲੂ ਬਾਈਏ ਬਣਾਣਾ ਇੱਕ ਇੱਕ ਕਟੋਰੀ ਮੈਂ ਲੈਦਾ ਆਲੂ ਕੀ ਮੈਂ ਆਤ ਕਰਨੇਗੇ ਸ਼ੈਲ ਕਰੀਏ ਮੈਸ਼ ਕਰ ਲੈਣਾ ਇਹਦੇ ਚ ਸ਼ੈਲ ਕਰੀਏ ਜਿਵੇਂ ਪੀਏ ਆਤ ਕਰਨੇਗੇ ਤੇ ਮੈਸ਼ ਇਹ ਦੇਖੋ ਇਹ ਮੇਰੇ ਕੋਲ ਸਾਬੂਦਾਨਾ ਇਹ ਸਾਬੂਦਾਨਾ ਮੈਂ ਅੱਗੇ ਛੇੜੀਆਂ ਰੱਖਿਆ ਥੋੜਾ ਜਿਹਾ ਇਹ ਵੀ ਇੱਕ ਕਟੋਰੀ ਵਿੱਚ ਪਾਇਆ ਸਾਬੂदाना ਤੇ ਰਾਜਗੀਰ ਆਟੇ ਦੀਆਂ ਇਹ ਮੈਂ ਟਿੱਕੀਆਂ ਬਣਾਣੀਆਂ ਇਹ ਮੈਂ ਲੂਣ ਜਿਹੜਾ ਪਾਇਆ ਇਸ ਵਿੱਚ ਪੂਤਨਾ ਵੀ ਹੈ ਮਰਚ ਵੀ ਹੈ ਤੇ ਲੂਣ ਵੀ ਹੈ ਇਹ ਥੋੜਾ ਜਿਹਾ ਅਦਰਕ ਮੈਂ ਪੀਸਿਆ ਟਕਾਇਦਾ ਇਹ ਵੀ ਮਿਚੀ ਪਾਇ ਲੈਣਾ ਤੇ ਬੱਸ ਇਸ ਵਿੱਚ ਸਾਰੇ ਇਕੱਠਾ ਗੁੰਨੀ ਹੈ ਤੇ ਇਸਾ ਇੱਕ ਛੱਲ ਪੇੜਾ ਬਣਾ ਲੈਣਾ ਉਹਨਾਂ ਸੇ ਅੱਥੇ ਹੀ ਦੇਸੀ ਘੋਜਾ ਰਿਫਾਇਨ ਕੁਛ ਵੀ ਲਈਏ ਇਹਨਾਂ ਗੋਲ-ਗੋਲ ਟਿੱਕੀਆਂ ਸੇ ਮਨਾਉਂਦੇ ਸਨ ਮੈਂ ਫਰਾਈ ਕਰ ਲੈਣੇ ਉਸੇ ਤਰ੍ਹਾਂ ਦਹੀਂ ਗਨੇ ਜਾਂ ਖੀਰੇ ਦੇ ਰਾਇਤੇ ਗਨੇ ਜਾਂ ਖੱਟੀ ਸੂਲ ਗਨੇ ਕੈਸੀ ਕਰੀ ਵੀ ਤੁਸ ਖਾਈ ਸਜੋ ਜਿਹਦੇ ਘਨੇ ਥੋੜਾ ਮਨ ਕਰੇ ਪਰ ਮਜ਼ਾ ਬੜਾ ਆਉਂਦਾ ਐਸੀ ਖਾਣੇ ਦਾ ਔਰ ਰੋਟੀ ਬਿਲਕੁਲ ਪਰੋਇਦਾ ਰਹੁੰਦਾ ਪਰ ਤੇਂ ਚ ਇਹ ਬਰਤੀਸ਼ ਖਾਨਿਆਂ ਦਾ ਇੱਕ ਫਲਾਹਾਰੀ ਨਾਸ਼ਤਾ ਹੈ ਤੇ ਹੋਰ ਬੜੀ ਜਲਦੀ ਬਣਦਾ ਇਹ ਜਿਹੜਾ ਰਾਜਗੀਰ ਉਹ ਨਾ ਇਹਦਾ ਲੋਕਲ ਨਾਮ ਤਾਂ ਮੀ ਪਤਾ ਨਹੀਂ ਹੈ ਪਰ ਇਹਦੀ ਬਾਈਂਡਿੰਗ ਨਹੀਂ ਜ਼ਬਰਦਸਤ ਹੁੰਦੀ ਕਿ ਦੇਖੋ ਕਿੰਨੀ ਜ਼ਬਰਦਸਤ ਸਟਿੱਕੀ ਬਣੀ ਹੈ ਇਹਦੀ ਚਲੋ ਬਸ ਇੰਹੀਂ ਅਸੀਂ ਇੱਕ ਇੱਕ ਕਰੀਏ ਕਨੇ ਕਨੇ ਕਰਦੇ ਜਾਣਾ ਪਰ ਅਸੇ ਹੀ ਸੀ ਨਾ ਬਿਲਕੁਲ ਮਿੱਠੇ ਸੇਕ ਪਰ ਪਕਾਣੇ ਪੋਣਾ ਕਈ ਵਾਰੀ ਕਿਉਂ ਨਾ ਕਿ ਸਾਬੂਧਾਨਾਂ ਵਿੱਚੋਂ ਕੱਚਾ ਰਹਿ ਜਾਂਦਾ ਫਿਰ ਉਹ ਖਲੋਂਦਾ ਨਹੀਂ ਹੈ ਇੰਆ ਕੇ ਆਟਾ ਵੀ ਥੋੜਾ ਕਈ ਵਾਰੀ ਗਿਜਾ ਰਹੀ ਹੈ ਵਿੱਚ ਉਸ ਵੀ ਨਹੀਂ ਅਸ ਖਾਈ ਸਦੇ ਤੇ ਬਸ ਇੰਆ ਕਰੀ ਕਰੀਏ ਤੁਸਾਂ ਇਹ ਸਾਰੀਆਂ ਟਿੱਕੀਆਂ ਬਣਾਈ ਲੈਣੀਆਂ ਤੇ ਤਲ ਦੇ ਜਾਣਾ ਸਾਈਜ਼ ਉਸ ਕੋਈ ਵੀ ਰੱਖੀ ਸਕਦੇ ਮੈਂ ਦੇਖੋ ਇੰਨਾ ਮੋਟਾ ਰੱਖਿਆ ਹੈ ਬਸ ਇਹਨਾਂ ਸਾਈਡ ਪਰ ਕਰੀ ਕਰੀਏ ਮੈਨਾਂ ਅੰਦੇ ਜਾਣਾ ਕਨੇ ਗਨੇ ਪਰਤਾਂ ਦੇ ਵੀ ਜਾਣਾ ਜਿਹੜੀ ਜਿਹੜੀ ਹੁੰਦੀ ਜਾ ਉਹ ਸੀਸ ਕੱਟਦੇ ਜਾ ਕੇ ਬਾਹਰ ਪਰ ਅੱਜ ਫਿਲਹਾਲ ਕੋਈ ਨਹੀਂ ਹੋਈ ਇਨੀ ਅਸੀਂ ਡੀ ਫਰਾਈ ਕੇ ਕਰਨੇ ਪੋਣਾ ਸ਼ੈਲੋ ਨਹੀਂ ਕਰ ਸਕਦੇ ਅਸੀਂ ਸੀ ਇਹ ਦੇਖੋ ਇੰਹਾਂ ਐਸਾ ਪਾਈ ਪਈ ਹੈ ਇਨੀ ਅਸੀਂ ਇਹ ਦੇਖੋ ਲਾਲ ਹੋਣਾ ਸ਼ੁਰੂ ਹੋਈਆਂ ਹੈ ਨਾ ਬਿਲਕੁਲ ਇੰਹਾਂ कुरकुਰੀਆਂ ਹੋਈਆਂ ਕ੍ਰਿਸਪੀ ਹੋਈਆਂ ਨੇ ਜਿਹੜੀ ਜਿਹੜੀ ਲਾਲ ਹੁੰਦੀ ਜਾਦੀ ਉਸੇ ਐਸੇ ਕੱਟਦੇ ਜਾਣਾ मैं रखे तो दही के रखे तो चाहो तो कोई भी रायता बनाई कोई भी डिप बनाई हो और जरूरी नहीं है ये फलाहारी नाश्ता तो तो के खाना तुम तो इसी चाने सवेरे शामी भी खाई ज टिफिन च भी ले हो बर्गर की टिक्की बनाई हो बच्चे खिलाई और ये बड़ा मजेदार नाश्ता है स्वादला भी है मन जाओ بس ایاں گے اسیں اگر جڑی جڑی ہوندی جا اس باہر کٹ دے ساں بس اے دیکھو اے سڑیاں ٹیکیاں تیار ہارڈلی 5-7 منٹ دے اندر پورا فلوورڑاڑا تیار ہویاں دا کوئی بھی برتن چ ਵਖਰੇ ਵਖਰੇ ਚਾਲੀ ਦੇ ਨਾਸ਼ਤੇ ਵਖਰੇ ਵਖਰੇ ਚਾਲੀ ਦੇ 스낵ਸ ਜਾਂ ਫਲਰ ਖਾਣੇ ਨੇ ਇੱਕ ਤੇ ਸਵਾਦ ਬਦਲੀ ਆ ਨਾ ਦੁਆਟੇ ਡਬੀ ਬਰੋਚ ਚੜਰਦਾ ਤੇ ਤਾਕਤ ਵੀ ਦਿੰਦੇ ਈਦੀ ਚੁਸ ਪਨੀਰ ਪਾਲਕ ਕੁਝ ਹੋਰ ਵੀ ਪੈਸੇ ਦੇ ਜੋ ਵੀ ਥੋੜਾ ਮਨ ਕਰੇ ਕੀ ਆ ਕਦੂ ਕੁਝ ਵੀ ਮੈਸ਼ ਕਰੀਏ ਪੈਸੇ ਦੇ ਉਸ ਉਸ ਦੇ ਚ ਜੋ ਜੋ ਥੋੜਾ ਮਨ ਕਰੇ ਬਸ ये साड़ी नाश्ता तैयार है बनाइए देखो कैसा बने मैं भी सुना थोड़ा कैसा बने तो सारे का बड़ा बड़ा एक ही धनबाद उम्मीद तो पसंद आग लाइक शेयर कमेंट करियो